ਵੀ ਗਾਣਾ ਉਦੋਂ ਤੱਕ ਸੁਪਰ ਹਿੱਟ ਨਹੀਂ ਹੁੰਦਾ ਜਦੋਂ ਤੱਕ ਸਾਰੀ ਆਡੀਅੰਸ ਉਸ ਗਾਣੇ ਨੂੰ ਆਪਣੇ ਨਾਲ ਰਿਲੇਟ ਨਾ ਕਰ ਸਕੇ ਤੇ ਸਾਡੀ ਇੰਡਸਟਰੀ ਦੇ ਲਿਰਿਸਿਸਟ ਹਮੇਸ਼ਾ ਹੀ ਇਹੋ ਉਮੀਦ ਕਰਦੇ ਨੇ ਕਿ ਉਹਨਾਂ ਵੱਲੋਂ ਲਿਖਿਆ ਹੋਇਆ ਗਾਣਾ ਅਸੀਂ ਆਪਣੇ ਨਾਲ ਰਿਲੇਟ ਕਰ ਸਕੀਏ ਤੇ ਅੱਜ ਵੀ ਮੈਂ ਸਾਡੀ ਇੰਡਸਟਰੀ ਦੇ ਇੱਕ ਬਾ ਕਮਾਲ ਲਿਰਿਸਿਸਟ ਸਿੰਗਰ ਅਤੇ ਕੰਪੋਜ਼ਰ ਦੀ ਗੱਲ ਕਰਨ ਜਾ ਰਹੀ ਹਾਂ ਜਿਨ੍ਹਾਂ ਦਾ ਨਾਮ ਹੈ ਗੁਰਨਜ਼ਰ ਗੁਰਨਜ਼ਰ ਨੇ ਸਾਨੂੰ ਹੁਣ ਤੱਕ ਕਈ ਸੁਪਰ ਹਿੱਟ ਸੌਂਗਸ ਦੇ ਨਾਲ ਖੁਸ਼ ਕੀਤਾ ਹੈ ਤੇ ਉੱਥੇ ਕੁਝ ਚਿਰ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਉਹ ਇੱਕ ਨਵਾਂ ਗਾਣਾ ਲੈ ਕੇ ਹਾਜ਼ਰ ਹੋਣ ਵਾਲੇ ਨੇ ਜਿਸ ਗਾਣੇ ਦਾ ਟਾਈਟਲ ਹੈ ਮੇਰੇ ਯਾਰ ਤੇ ਹੁਣ ਤੁਹਾਨੂੰ ਦੱਸ ਦੇ ਕਿ ਬਹੁਤੀ ਉਡੀਕ ਨਾ ਕਰਾਉਂਦਿਆਂ ਹੋਇਆਂ ਗੁਰਨਜ਼ਰ ਵੱਲੋਂ ਇਸ ਗਾਣੇ ਦੀ ਅਫੀਸ਼ੀਅਲ ਰਿਲੀਜ਼ਿੰਗ ਡੇਟ ਸਾਡੇ ਨਾਲ ਸ਼ੇਅਰ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਗੁਰਨਜ਼ਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਗਾਣੇ ਨੂੰ ਅਸੀਂ ਆਪਣੀ ਜ਼ਿੰਦਗੀ ਨਾਲ ਹੂ ਬਹੂ ਰਿਲੇਟ ਕਰ ਸਕਾਂਗੇ ਆਓ ਫਿਰ ਤੁਸੀਂ ਚੈੱਕ ਕਰੋ ਇਸ ਗਾਣੇ ਦੇ ਸੈਕਿੰਡ ਅਫੀਸ਼ੀਅਲ ਪੋਸਟਰ ਨੂੰ ਗੱਲ ਕਰੀਏ ਇਸ ਗਾਣੇ ਦੀਆਂ ਡਿਟੇਲਸ ਦੀ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਇਸ ਗਾਣੇ ਨੂੰ ਲਿਖਿਆ ਗਾਇਆ ਤੇ ਕੰਪੋਜ਼ ਕੀਤਾ ਗਿਆ ਹੈ ਖੁਦ ਗੁਰਨਜ਼ਰ ਵੱਲੋਂ ਤੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਗਿਆ ਹੈ ਬੀ ਪ੍ਰਾਕ ਵੱਲੋਂ ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ ਸਹਿਜ ਸਿੰਘ ਵੱਲੋਂ ਤੇ ਇਸ ਗਾਣੇ ਵਿੱਚ ਸਾਨੂੰ ਫੀਚਰ ਕਰਦੇ ਹੋਏ ਨਜ਼ਰ ਆਉਣ ਵਾਲੇ ਨੇ ਹੈਰੀ ਵਰਮਾ ਅਤੇ ਨਿਰਮਾਨ ਇਹ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਹ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ 9 ਦਸੰਬਰ ਨੂੰ ਜਿੱਥੇ ਸਾਨੂੰ ਸਾਰਿਆਂ ਨੂੰ ਉਡੀਕ ਹੈ ਇਸ ਗਾਣੇ ਨੂੰ ਸੁਣਨ ਦੀ ਤੇ ਉੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਗੁਰਨਜ਼ਰ ਵੱਲੋਂ ਇਸ ਗਾਣੇ ਦੀ ਵੀਡੀਓ ਦੇ ਛੋਟੇ ਛੋਟੇ ਚੰਕ ਸਾਡੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੇ ਗਏ ਨੇ ਆਓ ਤੁਸੀਂ ਵੀ ਚੈੱਕ ਕਰੋ ਇਹਨਾਂ ਵੀਡੀਓਜ਼ ਨੂੰ ਇੰਸਟਾਲ ਕਰੋ ਗੱਬਰੂ ਐਪ ਕਰ ਲੋ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।